ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰਨਜੋਤ ਸਿੰਘ ਮੱਕੜ ਤੁਸੀਂ ਟਾਈਟਲ ਦੇਖ ਲਿਆ ਹੋਣਾ ਹੈ ਔਰ ਤੁਸੀਂ ਖਬਰ ਪੜ੍ਹ ਲਈ ਹੋਣੀ ਹੈ ਹੁਣ ਤੱਕ ਤੁਹਾਡੇ ਤੱਕ ਬਹੁਤ ਆਲੇ ਦੁਆਲਿਓ ਜਿਹੜੀ ਇਹ ਖਬਰ ਜਿਹੜੀ ਪਹੁੰਚ ਗਈ ਹੋਣੀ ਹੈ ਪਰ ਬਹੁਤ ਸਾਰੇ ਲੋਕ ਮੈਨੂੰ ਮੈਸੇਜ ਕਾਲ ਕਰ ਰਹੇ ਸੀਗੇ ਕਿ ਇਸ ਗੱਲ ਦੀ ਪੁਸ਼ਟੀ ਜਿਹੜੀ ਹੈ ਕੀਤੀ ਜਾਵੇ ਹਾਲਾਂਕਿ ਮੈਂ ਏਅਰਪੋਰਟ ਤੇ ਸੀਗਾ ਮੈਂ ਟਰੈਵਲ ਕਰ ਰਿਹਾ ਸੀਗਾ ਔਰ ਬਹੁਤ ਲੋਕਾਂ ਦਾ ਮੈਨੂੰ ਮੈਸੇਜ ਆਇਆ ਕਿ ਇਸ ਗੱਲ ਦੀ ਪੁਸ਼ਟੀ ਕਰੋ ਬਾਈ ਜੀ ਇਹ ਗੱਲ ਠੀਕ ਹੈ ਵੀ ਸੀਐਮ ਸਾਹਿਬ ਵਿਆਹ ਕਰਾ ਰਹੇ ਹੈ ਦੂਜਾ ਔਰ ਮੈਂ ਸੋਰਸਸ ਤੋਂ ਕਨਫਰਮ ਕੀਤਾ ਸੀਐਮ ਸਾਹਿਬ ਦੇ ਬੜੇ ਕਲੋਜ਼ ਬੰਦਿਆਂ ਦੇ ਨਾਲ ਇਸ ਗੱਲ ਬਾਰੇ ਜ਼ਿਕਰ ਕੀਤਾ ਔਰ ਉਹਨਾਂ ਤੋਂ ਪੁੱਛਿਆ ਕਿ ਵਾਕਈ ਇਹ ਗੱਲ ਠੀਕ ਹੈ ਕਿ ਸੀਐਮ ਸਾਹਿਬ ਵਿਆਹ ਕਰਾ ਰਹੇ ਹੈ ਤਾਂ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪਣੇ ਦੂਜੇ ਵਾਰ ਵਿਆਹ ਜਿਹੜਾ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਜਾ ਰਹੇ ਆ ਔਰ ਇਸ 'ਚ ਇਹਨੂੰ ਬੜੇ ਬਿਹਤਰ ਤਰੀਕੇ ਦੇ ਨਾਲ ਪੰਜਾਬ ਨੂੰ ਲੈਣਾ ਚਾਹੀਦਾ ਇਹਨੂੰ ਬੜੇ ਪੋਜ਼ਿਟਿਵ ਤਰੀਕੇ ਦੇ ਨਾਲ ਲੈਣਾ ਚਾਹੀਦਾ ਨਿੱਜੀ ਜ਼ਿੰਦਗੀ ਹੈ ਉਹਨਾਂ ਦੀ ਔਰ ਨਿੱਜੀ ਜ਼ਿੰਦਗੀ ਦੇ ਵਿੱਚ ਜੋ ਚਾਹੁਣ ਜੋ ਕਰਨ ਉਹਨਾਂ ਦਾ ਆਪਣਾ ਅਧਿਕਾਰ ਹੈ ਔਰ ਇਸ ਗੱਲ ਦੇ ਉੱਤੇ ਸਵਾਲੀਆ ਨਿਸ਼ਾਨ ਮੈਨੂੰ ਲੱਗਦਾ ਨਹੀਂ ਹੋਣੇ ਚਾਹੀਦੇ ਹਾਂ ਸਰਕਾਰ ਚਲਾਉਣ ਨੂੰ ਲੈ ਕੇ ਪੰਜਾਬ ਚਲਾਉਣ ਨੂੰ ਲੈ ਕੇ ਬਿਊਰੋਕਰੇਸੀ ਦੀ ਵਰਕਿੰਗ ਦੇ ਉੱਤੇ ਜਾਂ ਫਿਰ ਲਾਅ ਐਂਡ ਆਰਡਰ ਦੇ ਮੁੱਦੇ ਦੇ ਉੱਤੇ ਜਾਂ ਹੋਰ ਵੀ ਕਿਸੇ ਇਸ਼ੂ ਦੇ ਉੱਤੇ ਤੁਸੀਂ ਸੀਐਮ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਜਿਹੜਾ ਉਹ ਕਰ ਸਕਦੇ ਹੋ ਪਰ ਮੈਨੂੰ ਲੱਗਦਾ ਕਿ ਇਸ ਗੱਲ ਬਾਰੇ ਮੁੱਖ ਮੰਤਰੀ ਨੂੰ ਇਸ ਬਾਰੇ ਮੰਦਾ ਚੰਗਾ ਬੋਲਣਾ ਜਾਂ ਇਸ ਬਾਰੇ ਕੁਛ ਵੀ ਕਮੈਂਟ ਕਰ ਦੇਣਾ ਉਹ ਠੀਕ ਨਹੀਂ ਹੋਊਗਾ ਉਹ ਨਿੱਜੀ ਜ਼ਿੰਦਗੀ ਹੈ ਔਰ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਜੋ ਚਾਹੁਣ ਉਹ ਕਰ ਸਕਦੇ ਨੇ ਉਹਨਾਂ ਦਾ ਆਪਣਾ ਅਧਿਕਾਰ ਹੈਗਾ ਸੀਐਮ ਸਾਹਿਬ ਦੀ ਪਹਿਲਾਂ ਵਾਲੀ ਜ਼ਿੰਦਗੀ ਬਾਰੇ ਬਹੁਤ ਸਾਰੇ ਲੋਕ ਜਾਣਦੇ ਹੀ ਹੈ ਇਸ ਬਾਰੇ ਉਹ ਸਾਰੇ ਇਸ ਗੱਲ ਦੇ ਉੱਤੋਂ ਤੁਸੀਂ ਜਾਣਦੇ ਹੋ ਸੋ ਉਹਦੇ ਬਾਰੇ ਮੈਂ ਬਹੁਤਾ ਗੱਲ ਨਹੀਂ ਕਰੂੰਗਾ ਮੇਰੀ ਆਵਾਜ਼ ਜੇ ਤੁਹਾਡੇ ਤੱਕ ਆ ਰਹੀ ਹੈ ਤਾਂ ਵੀ ਜ਼ਰੂਰ ਲਿਖ ਕੇ ਭੇਜਿਓ ਸ਼ਾਇਦ ਇੱਥੇ ਨੈਟਵਰਕ ਦਾ ਕੋਈ ਇਸ਼ੂ ਨਾ ਹੋਵੇ ਜਾਂ ਮੇਰੀ ਆਵਾਜ਼ ਤੁਹਾਡੇ ਤੱਕ ਨਾ ਪਹੁੰਚ ਰਹੀ ਹੋਵੇ ਤਾਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜਿਹੜੇ ਆ ਉਹ ਵੀਰਵਾਰ ਨੂੰ ਵਿਆਹ ਦੇ ਬੰਧਨ ਦੇ ਵਿੱਚ ਵੱਜਣਗੇ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਉਹਨਾਂ ਦੀ ਨਿੱਜੀ ਜਿਹੜੀ ਦੋਸਤ ਹੈ ਜਿਹੜੀ ਜਾਣਨ ਵਾਲੀ ਉਹਨਾਂ ਦੇ ਨਾਲ ਉਹ ਵਿਆਹ ਕਰਾ ਰਹੇ ਆ ਉਹਨਾਂ ਦੀ ਮਾਤਾ ਔਰ ਉਹਨਾਂ ਦੀ ਭੈਣ ਚਾਹੁੰਦੇ ਸੀਗੇ ਕਿ ਭਗਵੰਤ ਮਾਨ ਸਾਹਿਬ ਜਿਹੜੇ ਉਹ ਵਿਆਹ ਕਰਾਉਣ ਇਸ ਕਰਕੇ ਕਿਉਂਕਿ ਉਹਨਾਂ ਦਾ ਇੱਕ ਜਿਹੜਾ ਪੁਰਾਣਾ ਰਿਸ਼ਤਾ ਸੀਗਾ ਉਹਦੀ ਇਹ ਚਰਚਾ ਹੋ ਰਹੀ ਹੈ ਜਿਹੜੇ ਉਹਨਾਂ ਦੇ ਕਰੀਬੀ ਨੇ ਨੇੜਲੇ ਨੇ ਉਹ ਇਹ ਦੱਸ ਰਹੇ ਨੇ ਕਿ ਕਿਉਂਕਿ ਉਹਨਾਂ ਦਾ ਪਰਿਵਾਰ ਜਿਹੜਾ ਸੀਗਾ ਉਹ ਅਮਰੀਕਾ ਜਾ ਕੇ ਵਸਿਆ ਸੀਗਾ ਮਾਨ ਸਾਹਿਬ ਦਾ ਔਰ ਉਹਨਾਂ ਦਾ ਅਮਰੀਕਾ ਫੈਮਿਲੀ ਬੱਚੇ ਸੀਗੇ ਜਿਹੜੇ ਤੁਸੀਂ ਦੇਖੇ ਵੀ ਹੋਣੇ ਕਿ ਜਿਹੜਾ ਉਹਨਾਂ ਦਾ ਭਗਵੰਤ ਮਾਨ ਸਾਹਿਬ ਦਾ ਸਹੁੰ ਚੁੱਕ ਸਮਾਗਮ ਹੋਇਆ ਸੀਗਾ ਉਹਦੇ ਵਿੱਚ ਮਾਨ ਸਾਹਿਬ ਦੇ ਬੱਚੇ ਉਹਨਾਂ ਦੀ ਬੇਟੀ ਤੇ ਬੇਟਾ ਉਹ ਆਏ ਵੀ ਸੀਗੇ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਔਰ ਉਦੋਂ ਤੁਸੀਂ ਉਹਨਾਂ ਦੀਆਂ ਤਸਵੀਰਾਂ ਵੀ ਦੇਖੀਆਂ ਔਰ ਕੁਛ ਇੱਕ ਮੇਰੇ ਖਿਆਲ ਇੱਕ ਦੋ ਜਗ੍ਹਾ ਤੇ ਉਹਨਾਂ ਦੀਆਂ ਇੰਟਰਵਿਊਜ਼ ਵੀ ਜਿਹੜੀਆਂ ਤੁਸੀਂ ਦੇਖੀਆਂ ਸੀਗੀਆਂ ਤਾਂ ਉਹ ਪਰਿਵਾਰਕ ਜ਼ਿੰਦਗੀ ਸੀਗੀ ਮਾਨ ਸਾਹਿਬ ਦੇ ਜਿਹੜੇ ਪਹਿਲੇ ਪਤਨੀ ਸੀਗੇ ਉਹ ਚਾਹੁੰਦੇ ਸੀਗੇ ਕਿ ਮਾਨ ਸਾਹਿਬ ਅਮਰੀਕਾ ਆ ਜਾਣ ਔਰ ਉਹ ਚਾਹੁੰਦੇ ਸੀਗੇ ਕਿ ਮਾਨ ਸਾਹਿਬ ਪੰਜਾਬ ਛੱਡਣ ਔਰ ਉਹਨਾਂ ਦੇ ਨਾਲ ਜ਼ਿੰਦਗੀ ਬਤੀਤ ਕਰਨ ਪਰ ਜਿਵੇਂ ਪਤਾ ਲੱਗਿਆ ਕਿ ਭਗਵੰਤ ਮਾਨ ਨਹੀਂ ਚਾਹੁੰਦੇ ਸੀਗੇ ਕਿ ਉਹ ਪੰਜਾਬ ਛੱਡਣ ਔਰ ਉਹ ਅਮਰੀਕਾ ਜਾਣ ਵਾਸਤੇ ਤਿਆਰ ਨਹੀਂ ਹੋਏ ਔਰ ਭਗਵੰਤ ਮਾਨ ਅਮਰੀਕਾ ਜਾਣ ਤੋਂ ਮੁਨਕਰ ਹੋਏ ਤਾਂ ਹੌਲੀ ਹੌਲੀ ਉਹਨਾਂ ਦੇ ਰਿਸ਼ਤੇ ਦੇ ਵਿੱਚ ਉਹ ਜਿਹੜੀ ਖਟਾਸ ਆਈ ਤੇ ਫਿਰ ਆਖਿਰਕਾਰ 2019 ਦੇ ਵਿੱਚ ਉਹ ਰਿਸ਼ਤਾ ਹੋ ਗਿਆ ਸੋ ਭਗਵੰਤ ਮਾਨ ਹੁਣ ਨਵੇਂ ਵਿਆਹ ਦੇ ਬੰਧਨ ਦੇ ਵਿੱਚ ਵੱਜ ਰਹੇ ਨੇ ਵੀਰਵਾਰ ਨੂੰ ਉਹਨਾਂ ਦਾ ਵਿਆਹ ਹੈ ਭਗਵੰਤ ਮਾਨ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਦਾ ਔਰ ਪੰਜਾਬ ਵਾਸਤੇ ਦੇਖੋ ਇਹ ਇੱਕ ਨਵੇਕਲੀ ਗੱਲ ਜ਼ਰੂਰ ਹੋਊਗੀ ਪਰ ਇਹਨੂੰ ਬੜਾ ਪੋਜ਼ਿਟਿਵ ਲੈਣਾ ਚਾਹੀਦਾ ਔਰ ਸਾਨੂੰ ਮੈਨੂੰ ਲੱਗਦਾ ਕਿ ਹਰੇਕ ਬੰਦੇ ਨੂੰ ਕਿਉਂਕਿ ਇਹ ਇੱਕ ਨਿੱਜੀ ਫੈਸਲਾ ਔਰ ਨਿੱਜੀ ਜ਼ਿੰਦਗੀ ਹੈ ਤਾਂ ਉਸਨੂੰ ਇਹਦੇ ਵਿੱਚ ਜੀ ਹਾਂ ਗੁਰਜਨ ਸੰਧੂ ਜਿਵੇਂ ਪੁੱਛ ਰਿਹਾ ਕਿ ਪਹਿਲਾਂ ਡਿਵੋਰਸ ਹੋਇਆ ਸੀਗਾ ਬਿਲਕੁਲ ਮੇਰੇ ਖਿਆਲ 2019 ਦੇ ਵਿੱਚ ਉਹਨਾਂ ਦਾ ਇਹ ਡਿਵੋਰਸ ਹੋਇਆ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਸਟਰਗਲ ਉਹਨਾਂ ਦੇ ਪੋਲੀਟੀਕਲ ਕਰੀਅਰ ਦੇ ਵਿੱਚ ਵੀ ਰਿਹਾ ਪਾਰਟੀ ਨੇ ਬੜਾ ਅਪਸ ਐਂਡ ਡਾਊਨਸ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਦੇਖੇ ਔਰ ਫਿਰ ਭਗਵੰਤ ਮਾਨ ਮੁੱਖ ਮੰਤਰੀ ਚਿਹਰਾ ਬਣਦੇ ਨੇ ਉਹਦੇ ਤੇ ਲੰਮਾ ਸਮਾਂ ਚਰਚਾ ਰਹੀ ਆਮ ਆਦਮੀ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਉਣਗੇ ਜਾਂ ਨਹੀਂ ਬਣਾਉਣਗੇ ਔਰ ਜਿਵੇਂ ਹੁਣ ਕੁਛ ਨੈਗੇਟਿਵ ਕਮੈਂਟਸ ਨੇ ਇਕਬਾਲ ਕਲੇਰ ਕਹਿ ਰਿਹਾ ਕਿ ਪਹਿਲੀ ਘਰ ਵਾਲੀ ਛੱਡਤੀ ਮੈਨੂੰ ਲੱਗਦਾ ਕਿ ਸਾਨੂੰ ਨਿੱਜੀ ਜ਼ਿੰਦਗੀ ਚ ਇੱਕ ਦੂਜੇ ਦੀ ਐਸੀ ਰਿਸਪੈਕਟ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਕਿ ਕੋਈ ਵੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਵੀ ਹਾਲਾਤ ਕਿਸੇ ਦੇ ਵੀ ਬਣਦੇ ਨੇ ਤਾਂ ਸਾਨੂੰ ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਹੈ ਤਾਂ ਉਹਦੇ ਜਿਹੜੇ ਪਬਲਿਕ ਲਾਈਫ ਦੇ ਕੰਮ ਨੇ ਜਿਵੇਂ ਉਹ ਮੁੱਖ ਮੰਤਰੀ ਨੇ ਤਾਂ ਮੁੱਖ ਮੰਤਰੀ ਦੇ ਜਿਹੜੇ ਕੰਮ ਬਣਦੇ ਆ ਤਾਂ ਉਹ ਮੁੱਖ ਮੰਤਰੀ ਦੇ ਤੌਰ ਤੇ ਜੇ ਉਹ ਕੰਮਾਂ ਨੂੰ ਪੂਰਾ ਨਹੀਂ ਕਰ ਪਾ ਰਹੇ ਤਾਂ ਸ਼ਾਇਦ ਤੁਸੀਂ ਕ੍ਰਿਟੀਸਾਈਜ਼ ਕਰੋ ਪਰ ਮੈਨੂੰ ਲੱਗਦਾ ਕਿ ਜੇ ਨਿੱਜੀ ਜ਼ਿੰਦਗੀ ਦੇ ਉੱਤੇ ਇਸ ਤਰ੍ਹਾਂ ਦੇ ਕਮੈਂਟ ਕਰਨੇ ਇਹ ਗੱਲ ਠੀਕ ਨਹੀਂ ਹੁੰਦੀ ਇਹ ਗੱਲ ਜਾਇਜ਼ ਨਹੀਂ ਹੈ ਇਹ ਸਿਆਣੀ ਗੱਲ ਨਹੀਂ ਹੈ